विजिलेंस विभाग की टीम की तरफ से निहाल सिंह वाला के एक पटवारी को 5,000 रुपए की रिश्वत लेते रंगे हाथों काबू किया गया, जिसको लेकर आज समूचा तहसील कम्प्लेक्स के अधिकारियों में भगदड़ मची रही। प्राप्त जानकारी के अनुसार विजिलेंस विभाग के DSP पलविंदर सिंह संधू और इंस्पेक्टर सोन सिंह ने बताया कि पिंड बुर्ज दोना के किसान सुखदेव सिंह पुत्र करनैल सिंह का 5 एकड़ की विरासत का इंतकाल जो कि 2016 से पेंडिंग था, जिसको दर्ज करने के लिए पटवारी बलविंदर सिंह ने प्रति किले 1,000 रुपये की मांग की, यानी कुल 5,000 रुपये की मांग की। सुखदेव सिंह ने इसकी जानकारी विजिलेंस विभाग को दी और विजिलेंस विभाग की तरफ से शिकायतकर्ता और सरकारी गवाहों को साथ लेकर पटवारी को 5,000 रुपये रिश्वत लेते मौके से काबू कर लिया गया। मौके से बिट्टू पुरवा। पैसे नहीं लिए तो डिपार्टमेंट ने कैसे पकड़ा आपको? बस जो होगा ठीक है, वो तो गया, वो तो ठीक है, लेकिन क्यों पकड़ा अगर आपने पैसे नहीं लिए? मैं कुछ नहीं कहूँगा। पटवारी जी वड्डी मंगता ही 5,000 रुपया देता सी, वो रास्त ही बजुर्ग वाली 5 किले का 5 मंगया जी। ਅਸੀਂ ਕਿਹਾ ਸੀਗਾ ਜੀ, ਕਹਿੰਦੇ ਹੁਣ ਦਿੱਤੇ ਬਿਨਾਂ ਸਰਦਾ ਨਹੀਂ ਹੁੰਦਾ, ਐਵੇਂ ਹੋਣਾ ਨਹੀਂ, ਕੰਮ 20 ਸਾਲ ਹੋ ਗਏ ਜੀ ਇਹ ਕੰਮ ਅੜੇ ਪਏ ਨੂੰ। ਅੱਛਾ, ਕਿੰਨਾ ਸਮਾਂ ਹੋ ਗਿਆ ਸੀ ਤੁਸੀਂ ਇਹਨੂੰ ਕਹਿੰਦੇ ਰਹੋਗੇ ਆਪਦੇ ਕੰਮ ਵਾਸਤੇ? ਹੁਣੇ ਕਿਹਾ ਜੀ, 1-2 ਵਾਰੀ ਵਾਲੀ ਆ ਬਣ ਗਿਆ, ਨਵੇਂ ਆਏ ਆ ਜੀ ਪਟਵਾਰੀ ਇਹ। ਅੱਛਾ ਜੀ, ਪਹਿਲਾਂ ਦੂਜੇ ਸੀ ਉਹ ਬਦਲ ਗਏ, ਉਹ ਸਸਪੈਂਡ ਹੋ ਗਏ ਜੀ, ਕੇਸ ਹੋ ਗਏ। ਕਿੰਨੀ ਜਗ੍ਹਾ 'ਤੇ ਕਰਾਉਣੀ ਸੀ ਵਿਰਾਸਤ? ਇਹ 1.25 ਕਿੱਲੇ ਘੱਟ 5 ਕਿੱਲੇ ਸੀਗੇ ਜੀ। ਅੱਛਾ, ਕਿੰਨੇ ਪੈਸੇ ਮੰਗੇ ਨੇ ਜੀ? 5,000 ਹੀ ਮੰਗਿਆ ਸੀਗਾ ਜੀ। ਇਹ ਸੁਖਦੇਵ ਸਿੰਘ ਵਾਸੀ ਪਿੰਡ ਦੋਨਾ ਬੁਰਜ ਦੋਨਾ PS ਨਿਹਾਲ ਸਿੰਘ ਵਾਲੇ ਦੇ ਰਹਿਣ ਵਾਲੇ ਜ਼ਿਮੀਂਦਾਰ ਨੇ ਪਟਵਾਰੀ ਬਲਵਿੰਦਰ ਸਿੰਘ, ਜੋ ਇਹਨਾਂ ਦੇ ਇਲਾਕੇ ਰਣੀਏ ਦਾ ਪੈਂਦਾ ਹੈਗਾ, ਰਣੀਆ 2 ਦਾ, ਇਹ ਉਹ ਐਡੀਸ਼ਨ ਚਾਰਜ ਹੈ, ਵੈਸੇ ਨੰਗਲ ਦਾ ਪਟਵਾਰੀ ਹੈ, ਇਹ ਇਸਨੇ ਉਹਦਾ ਵਿਰਾਸਤ ਇੰਤਕਾਲ ਦਰਜ ਕਰਨਾ ਸੀਗਾ, ਜਿਹੜਾ ਇਹਨੇ ਉਹਦੇ ਕੋਲੋਂ ਪਰ ਕਿੱਲਾ 1,000 ਰੁਪਈਏ 5 ਕਿੱਲਿਆਂ ਦਾ ਸੀਗਾ, ਜੋ 5,000 ਰੁਪਈਏ ਇਹਨੇ ਡਿਮਾਂਡ ਕੀਤੀ ਸੀ, ਜੋ ਇੰਸਪੈਕਟਰ ਸੋਹਣ ਸਿੰਘ ਨੇ ਸਰਕਾਰੀ ਗਵਾਹ ਡਾਕਟਰ ਸਾਹਿਬ ਨਾਲ ਬੈਠੇ ਨੇ ਉਹਨਾਂ ਨੂੰ ਨਾਲ ਲੈ ਕੇ ਇਹਦੇ ਉੱਤੇ ਟਰੈਪ ਕੀਤਾ, ਤਾਂ ਇਹ ਵਿਦ 5,000 ਰੁਪਈਏ ਜਿਹੜੀ ਰਿਕਵਰੀ ਹੈਗੀ ਹੈ ਉਹਦੇ ਕੋਲੋਂ ਰੈੱਡ ਹੈਂਡਡ ਹੋਈ, ਅਤੇ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ, ਇਹਦੇ ਖਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰ ਲਿਆ। 1,000 ਰੁਪਈਏ ਪਰ ਕਿੱਲਾ 5 ਕਿੱਲਿਆਂ ਦਾ 5,000 ਹੀ ਇਹਨੇ ਡਿਮਾਂਡ ਕੀਤੀ ਸੀ, ਅਤੇ 5,000 ਨਾਲ ਰੈੱਡ ਹੈਂਡਡ ਫੜਿਆ। ਸਾਡੇ ਕੋਲ ਇਹਦੇ ਖਿਲਾਫ਼ ਕੋਈ ਸ਼ਿਕਾਇਤ ਨਹੀਂ, ਇਹਦੇ ਖਿਲਾਫ਼ ਇਹੀ ਸ਼ਿਕਾਇਤ ਆਈ ਸੀ ਜੇ ਚਿੰਨ ਨੂੰ ਅਸੀਂ ਰਿਸ਼ਤਾ ਕਰ ਲਿਆ।